ਯਾਰ ਸਾਹਿਬ ਅਸੀਂ ਇੰਨਾ ਪੜ੍ਹੇ ਹਾਂ, ਇੰਨਾ ਪੜ੍ਹੇ ਲਿਖੇ ਹਾਂ, ਸਾਨੂੰ ਇੰਨਾ ਇਲਮ ਨਹੀਂ ਹੈ ਜਿੰਨਾ ਇਸ ਬੰਦੇ ਨੂੰ ਇਲਮ। ਭਰਾ ਤੇਰਾ ਨਾਂ ਕੀ ਹੈ? ਮੇਰਾ ਨਾਂ ਹੈਗਾ ਫਜ਼ਾਲ। ਚੌਧਰੀ ਫਜ਼ਾਲ ਸੱਚ ਸਾਹਿਬ, ਅਤੇ ਯਾਰ ਉਹ ਇੰਨਾ ਸਰਪੰਚ ਸਾਹਿਬ ਸਾਨੂੰ ਇਲਮ ਨਹੀਂ ਹੈ, ਤੁਹਾਨੂੰ ਤਕਰੀਬਨ 8-9 ਸਾਲ ਤੇ ਹੋ ਗਏ ਨੇ ਤੁਹਾਨੂੰ ਸਰਪੰਚੀ ਕਰਦੇ ਹੋਏ। ਬਿਲਕੁਲ ਬਿਲਕੁਲ, ਸਾਡੇ ਤੁਹਾਡੇ ਕੋਲ ਇੱਕ ਫੈਸਲਾ ਵੀ ਅੱਜ ਤੱਕ ਨਹੀਂ ਹੋਇਆ, ਅਤੇ ਇਹ ਬੰਦਾ ਜਿਹੜਾ ਹੈ ਇਹਨੂੰ ਨਾਲ ਹੀ ਰੱਖਦਾ ਯਾਰ। ਹਾਂ ਸਰਪੰਚ ਸਾਹਿਬ, ਅੱਜ ਇੱਥੋਂ ਨਾ ਇੱਕ ਕੁੜੀ ਲੰਘ ਗਈ ਮੋਟਰਸਾਈਕਲ ਚਲਾ ਕੇ, ਅਤੇ ਸਰਪੰਚ ਸਾਹਿਬ ਵੇਖ ਕੇ ਹੈਰਾਨ ਹੋ ਗਏ, ਕਿਉਂਕਿ ਸਰਪੰਚ ਸਾਹਿਬ ਕਦੀ ਪਿੰਡੋਂ ਬਾਹਰ ਨਹੀਂ ਗਏ, ਅਤੇ ਕੁੜੀ ਮੋਟਰਸਾਈਕਲ ਚਲਾਉਣ ਦੀ ਯਾਰ ਹੈਰਾਨ ਅਸੀਂ ਹੋ ਗਏ। ਤੁਸੀਂ ਕਿੱਥੇ ਰਹਿੰਦੇ ਹੋ? ਹਰ ਇੱਕ ਮੁਲਕ ਚਲਾ ਲੈਂਦੀਆਂ ਨੇ। ਕੀ ਕੌਣ ਚਲਾ ਲੈ? ਮੋਟਰਸਾਈਕਲ ਚਲਾ ਲੈਂਦੀਆਂ ਨੇ ਕਾਰਾਂ, ਕਾਰਾਂ ਵਿੱਚ ਚੌਧਰੀ, ਕਾਰਾਂ ਵਿੱਚ ਚਲਾ ਲੈਂਦੀਆਂ। ਇਹ ਤਾਂ ਵੱਡੀਆਂ ਹੀ ਗੱਲਾਂ ਕਰਨ ਡਿਆ ਯਾਰ। ਵੇਖੀ ਚੁੰਡੀ ਵੱਡੀ ਮੈਨੂੰ, ਮੈਂ ਕਿਵੇਂ ਓਏ ਖਾਬ ਤੇ ਨਹੀਂ ਕੀਕਰ ਗੱਲ ਕਰਨੇ ਆ? ਸੱਚੀ ਕੁੜੀਆਂ ਮੋਟਰ ਗੱਡੀ ਚਲਾ ਲੈਂਦੀਆਂ, ਹੋਰ ਕੀ ਚਲਾ ਲੈਂਦੀਆਂ ਨੇ, ਹੋਰ ਕੀ ਕੀ ਚਲਾਉਂਦੀਆਂ? ਮੈਂ ਤੇ ਸੁਣਿਆ ਸੀ ਕੁੜੀਆਂ ਜਿਹੜੀਆਂ ਹੈ ਨੇ ਡੰਡੇ ਚਲਾਉਂਦੀਆਂ ਨੇ, ਕੁਝ ਅੱਡੀ ਵਾਲੀ ਜੁੱਤੀਆਂ ਚਲਾਉਂਦੀਆਂ ਨੇ। ਮੋਟਰਸਾਈਕਲ ਵੀ ਚਲਾ ਲੈਂਦੀਆਂ ਨੇ ਬਾਈ, ਚਲੋ ਮੋਟਰਸਾਈਕਲ ਤੇ ਚਲੋ ਮੰਨ ਲਿਆ, ਚਲੋ ਅਸੀਂ ਵੀ ਬੱਚੇ ਵੀ ਚਲਾ ਲੈਂਦੇ ਨੇ, ਚਲੋ ਮੰਨ ਲਿਆ। ਗੱਡੀ ਗੱਡੀ ਯਾਰ ਸਮਝੋ ਕੰਮ ਬਾਰ, ਗੱਡੀ ਕਿਵੇਂ ਚਲਾ ਲੈਂਦੀਆਂ? ਚਲ ਜੀ ਗੱਡੀ ਉਹ ਗੱਡੀ ਆਪਣੀ ਅੱਖਾਂ ਦੇ ਨਾਲ ਯਕੀ ਚਲਾਉਂਦਿਆਂ ਕਿਹਦੇ ਵਿੱਚ ਤੇ ਮਾਰਦੀਆਂ? ਨਹੀਂ ਅਗਰ ਖੁਦਾ ਨਾ ਖਾਸਾ ਗੱਡੀ ਅੱਗੋ ਆਉਂਦਿਆ ਟਰੱਕ। ਅੱਛਾ ਟਰੱਕ ਆ ਰਿਹਾ, ਅਦਰੋ ਟਰੱਕ ਆ ਰਿਹਾ, ਅਦਰੋ ਲੋਡ ਹੋਇਆ ਟਰੱਕ। ਅੱਛਾ ਅਦਰੋ ਆਲੇ ਪਾਸੇ ਗੱਡੀਆਂ ਚੱਲਦੀਆਂ ਪਈਆਂ, ਓਏ ਤੁਹਾਨੂੰ ਫਿਰ ਸਾਰਾ ਪਤਾ ਲੱਗਣ ਡਿਆ। ਯਾਰ ਚੌਧਰੀ ਥਾਣੇ ਕੋ ਰਹਿੰਦੇ ਹੋ? ਹਾਂਜੀ, ਕਿਹੜਾ ਲਾਹੌਰ? ਲਾਹੌਰ ਫਿਰੋਜ਼ ਵਾਲਾ ਮੈਂਟਰੋ। ਅੱਛਾ ਉਹ ਵੀ ਚਲਾ ਲੈਂਦੀਆਂ ਗੱਜੂਮਤਾ ਗਿਆ ਕਦੀ? ਲਾਹੌਰ ਇੱਕ ਦਫਾ ਗਿਆ ਹਾਂ, ਨਿੱਕਾ ਜਿਹਾ ਹੁੰਦਾ ਹਾਂ, ਉਦੋਂ ਪਤਾ ਲੱਗਾ ਸੀ ਗੱਜੂਮਤਾ ਹੁੰਦਾ ਉੱਧਰ। ਯਾਰ ਤੂੰ ਮੇਰੇ ਜਿਹੜੇ 50 ਰੁਪਏ ਦੇਣੇ ਤੂੰ ਉਹ ਭੁੱਲ ਗਿਆ, ਬੰਦੇ ਤੈਨੂੰ ਇੰਨਾ ਪੁਰਾਣਾ ਯਾਦ ਹੈ ਗੱਜੂਮਤਾ? ਹਾਂ ਯਾਦ, ਮੈਨੂੰ ਗੱਜੂਮਤਾ ਜਾਣਾ, ਜਿਹੜੇ ਮੇਰੇ 50 ਦੇਣੇ ਉਹ ਭੁੱਲ ਗਏ ਯਾਰ। 50 ਨੂੰ ਛੱਡ ਯਾਰ, ਫਿਰ ਤਾਂ ਗੱਜੂਮਤੇ ਦੀ ਗੱਲ ਕਰਨੀ। ਅੱਛਾ ਉਹ ਗੱਲ ਇਹ ਵੀ ਮੋਟਰਸਾਈਕਲ ਵੀ ਚਲਾ ਲੈਂਦੀ ਹੈ, ਕਾਰ ਵੀ ਚਲਾ ਲੈਂਦੀ, ਹੋਰ ਕੀ ਚਲਾ ਲੈਂਦੀ? ਮੈਂ ਤੇ ਨਾ ਅਸੀਂ ਪਿੰਡਾਂ ਦੇ ਵਿੱਚ ਹੈ ਨਾ, ਤੇ ਉਹ ਕੁੜੀਆਂ ਜਿਹੜੀਆਂ ਹੈ ਨਾ ਬੇਗਮ ਹੈ, ਤੇ ਉਹ
ਇੱਥੇ ਕੁੜੀਆਂ ਚਲਾਉਂਦੀਆਂ ਨੇ ਡੰਡੇ ਸੋਟੇ ਡਾਂਗ ਚਲਾਉਂਦੀਆਂ ਨੇ ਜਾਂ ਫਿਰ ਜੁੱਤੀ ਛੁੱਤੀ ਚਲਾਉਂਦੀਆਂ ਡੱਡੀ ਵਾਲੀਆਂ ਪਿੰਡਾਂ ਥਾਵਾਂ ਦੀਆਂ ਕੁੜੀਆਂ ਕੁੜੀਆਂ ਜਾਂਦੀਆਂ ਨੇ ਸਕੂਲੇ ਸਕੂਲਾਂ ਚ ਅੱਛਾ ਉਹਨਾਂ ਦੇ ਮਾਂ ਪਿਓ ਨੇ ਮੋਟਰਸਾਈਕਲ ਲਾ ਕੇ ਦਿੱਤੀ ਹੁੰਦੀ ਆ ਕਾਰ ਲਾ ਕੇ ਦਿੱਤੀ ਹੁੰਦੀ ਆ ਹਾਂ ਚਾਰ ਚੂੜੀਆਂ ਕਰਨੇ ਅੱਜ ਰੌਲਾ ਪਾਉਂਦੇ ਆ ਘਰ ਅਸੀਂ ਵੀ ਸਾਨੂੰ ਤਾਂ ਸਾਈਕਲ ਤੋਂ ਸਭ ਕੱਖ ਵੀ ਨਹੀਂ ਕੋਈ ਛਾਣ ਲੱਭਣੀ ਅਗਰ ਸਾਨੂੰ ਸਾਨੂੰ ਤਾਂ ਸਾਈਕਲ ਲੈ ਕੇ ਦਿੱਤਾ ਬਸ ਕਹਿੰਦੇ ਸਾਈਕਲ ਚਲਾਓ ਸਰਪੰਚ ਸਾਹਿਬ ਕੀ ਹੁਣ ਜਾ ਕੇ ਅੰਮਾ ਦੇ ਪੈਰੇ ਪਈ ਗੱਬੇ ਤੇ ਪਈ ਮੈਨੂੰ ਲੱਗਦਾ ਅੰਮਾ ਦੇ ਪੈਰੇ ਮੇਰਾ ਖਿਆਲ ਹੈ ਤੁਸੀਂ ਦੋਵਾਂ ਮਾਂ ਨੂੰ ਵੀ ਬਹਾ ਲਓ ਅੱਬੇ ਨੂੰ ਵੀ ਬਹਾ ਲਈਏ ਪਿਓ ਆਪਣੇ ਡੈਡ ਨੂੰ ਵੀ ਬਹਾ ਲਓ ਹਾਂ ਦੋਵਾਂ ਦੇ ਪੈਰ ਫੜੋ ਉਹਨੂੰ ਕਹਿਣਾ ਅੱਬਾ ਜੀ ਚਾਰ ਚੂੜੀਆਂ ਦੀ ਗੱਡੀ ਲੈ ਲਓ ਆਪਾਂ ਉੱਤੇ ਪੱਠੇ ਵੱਡੇ ਉੱਤੇ ਰੱਖੇ ਸਾਡੇ ਕੋਲ ਇੱਕ ਹੀ ਸਾਈਕਲ ਏ ਟੁੱਟਾ ਮੈਨੂੰ ਤੇ ਸਾਈਕਲ ਝੂਠ ਦੇਣਾ ਰਹਿੰਦਾ ਯਾਰ ਨਹੀਂ ਯਾਰ ਨਹੀਂ ਕੁੜੀਆਂ ਚਲਾ ਲੈਂਦੀਆਂ ਨੇ ਮੋਟਰਸਾਈਕਲ ਤੇ ਕਾਰ ਵੀ ਹੋਰ ਕੀ ਚਲਾਉਂਦੀਆਂ ਨੇ ਵੱਡੀਆਂ ਗੱਡੀਆਂ ਵੀ ਚਲਾ ਲੈਂਦੀਆਂ ਨੇ ਮੈਂਟਰੋ ਵੀ ਚਲਾ ਲੈਂਦੀਆਂ ਨੇ ਹੋਰ ਸ਼ਹਿਰ ਵਿਚ ਪਿੰਡਾਂ ਦੇ ਵਿਚ ਖੋਤੀ ਰੇੜੀ ਖੋਤੀ ਰੇੜੀ ਚੱਲਦੀ ਹੈ ਸਾਡੀਆਂ ਬੁੱਢੀਆਂ ਦੇ ਉੱਤੇ ਲੈਣ ਗੱਡੀ ਚੱਲਦੀ ਹੈ ਜਿਹੜੀ ਕਾਰ ਕਾਰੀ ਡੱਬਾ ਹੋ ਗਿਆ ਜੀ ਮੋਟਰਾਂ ਸੰਗਲਾਂ ਹੋ ਗਈਆਂ ਹੋਰ ਸੜਕ ਦੇ ਉੱਤੇ ਹੋਰ ਕੇ ਅੱਛਾ ਅੱਛਾ ਜਹਾਜ ਉਹਦੇ ਵਿੱਚ ਚਲਾਉਂਦੇ ਨੇ ਕਦੇ ਜਹਾਜ ਉਹਨਾਂ ਨੂੰ ਚਲਾਉਣੇ ਨਹੀਂ ਆਉਂਦੇ ਨਹੀਂ ਜਿਹੜੀ ਗੱਡੀ ਚਲਾ ਲਈਆਂ ਜਹਾਜ ਨਹੀਂ ਚਲਾਉਣਗੀਆਂ ਸਾਡੀਆਂ ਪਿੰਡਾਂ ਵਾਲੀਆਂ ਬੁੱਢੀਆਂ ਤੇ ਥਾਫੀਆਂ ਮਾਰ ਸਕਦੀਆਂ ਨੇ ਡੰਡੇ ਮਾਰ ਸਕਦੀਆਂ ਨੇ ਸਾਡੀਆਂ ਦੀ ਨਹੀਂ ਨਾ ਪਿੰਡਾਂ ਦੇ ਵਿੱਚ ਠੀਕ ਉਹ ਉਹਨਾਂ ਨੂੰ ਤੁਸੀਂ ਆਪ ਹੀ ਸਮਝਾਓ ਦਿਮਾਗ 'ਚ ਉਹਨਾਂ ਵਿੱਚ ਅਕਲ ਪਾਓ ਤੁਸੀਂ ਅਕਲ ਕੀ ਪਾਣੀ ਹੈ ਯਾਰ ਹੁਣ ਆਹ ਵੇਖ ਸਿਰ ਗੰਜਾ ਹੋ ਗਿਆ ਨਿਸ਼ਾਨ ਵੇਖ ਆਹ ਵੇਖ ਆਹ ਵੇਖ ਲਾ ਭਰਾਵਾ ਅਸੀਂ ਨਹੀਂ ਸਮਝਾ ਸਕਦੇ ਬੁੱਢੀਆਂ ਨੂੰ ਮੈਂ ਤੇ ਹੋਏ ਨਾ ਇਹਦੇ ਜੋ ਮੈਂ ਤੇ ਕੁਵਾਰਾ ਮਤਲਬ ਮੈਨੂੰ ਮੂੰਹ ਨਹੀਂ ਲਾਉਂਦੀ ਹਾਂ ਇਹ ਮੂੰਹ ਨਹੀਂ ਲਾਉਂਦੇ ਇਸ ਕਰਕੇ ਜੇ ਸਾਨੂੰ ਮੂੰਹ ਲੱਗਾ ਤੇ ਆਹ ਹਾਲ ਹੋਇਆ ਸਰਪੰਚ ਸਾਹਿਬ ਕੀ ਕਰਦੇ ਹੋ ਐਸ ਐਚ ਸਾਹਿਬ ਬੈਠੇ ਨੇ
ਤਾਂ ਇਹ ਦੱਸਣ ਡਏ ਆ। ਖੈਰ ਤੁਹਾਡਾ ਮੂੰਹ ਵੇਖ ਕੇ ਤੁਸੀਂ ਕੋਈ ਆਧਾਰ ਨਹੀਂ ਦਿੰਦਾ। ਚਲੋ ਖੈਰ ਸਰਪੰਚ ਸਾਹਿਬ ਖੈਰ, ਕੋਈ ਨਹੀਂ ਗੱਲ। ਅੱਛਾ ਹੁਣ ਤੁਸੀਂ ਲਾਹੌਰੋਂ ਆਏ ਹੋ? ਅੱਛਾ ਸਾਡੇ ਵਾਸਤੇ ਆਏ ਹੋ ਮਿਲਣਾ ਸੀ ਪੁੱਤਰ। ਤੂੰ ਕਿਹੜੀ ਕਿਹੜੀ ਗੱਡੀ ਚਲਾਉਂਦਾ? ਮੋਟਰਸਾਈਕਲ ਸਾਡੇ ਮੂੰਹ ਤੇ ਚਲਾ ਲੈਣਾ। ਮੇਰੀ ਗੱਲ ਸੁਣ, ਤੇਰੇ ਪੈਰ ਵਿਖਾ ਮਾਮਾ, ਤੇਰੇ ਕਿੱਕ ਤੱਕ ਤੇਰੇ ਪੈਰ ਨੀ ਆਂਦੇ। ਤੂੰ ਚਲਾਈ ਸੀ ਕਿੰਨੀ ਕੁ ਚਲਾਈ? ਤੈਨੂੰ ਪਤਾ ਨਾ ਸਰਪੰਚ, ਉਹ ਗੱਡੀ ਜਾ ਰਹੀ ਆ, ਉਹ ਗੱਡੀ ਸਾਡੀ ਸਾਡੀ ਉਹ ਗੱਡੀ ਆ, ਉਹ ਲੈ ਕੇ ਜਾਣ ਡੇ। ਪਿੱਛੇ ਕੀ ਲੱਗੀ ਆ, ਪਿੱਛੇ ਕੀ ਲੱਗੀ ਸਾਡੀ? ਹਾਂਜੀ ਬਾਈ, ਤੁਸੀਂ ਅੱਜ ਸਾਡੇ ਵੇਖਿਆ ਫਨੀ ਫਨੀ ਵਲੌਗ ਵੇਖਿਆ। ਐਸ ਐਚ ਓ ਸਾਹਿਬ ਸਾਡੇ ਲਾਹੌਰੋਂ ਆਏ ਨੇ, ਸਾਡੇ ਸਰਪੰਚ ਸਾਹਿਬ ਸਾਡੇ ਨਾਲ ਬੈਠੇ ਨੇ, ਅਤੇ ਇਹਨਾਂ ਦੀ ਮਿਹਰਬਾਨੀ ਨਾਲ ਕੀਮਤੀ ਟਾਈਮ ਦੇ ਕੇ ਸਾਨੂੰ ਗੱਲਾਂ ਕੀਤੀਆਂ। ਸਰਪੰਚ ਸਾਹਿਬ ਮਿਹਰਬਾਨੀ ਸਾਡੇ ਐਸ ਐਚ ਓ ਸਾਹਿਬ ਦੀ। ਇਹ ਕੌਣ ਨੇ ਜੀ, ਇਹਨਾਂ ਦੇ ਬਾਰੇ ਦੱਸੋ, ਇਹ ਕੀ ਹੋਣੇ? ਇਹ ਐਸ ਐਚ ਓ ਦਾ ਬੱਚਾ ਨਹੀਂ। ਲਓ ਬਾਈ, ਅੱਜ ਦਾ ਵਲੌਗ ਸੀ, ਅਤੇ ਉਮੀਦ ਕਰ ਤੁਹਾਨੂੰ ਚੰਗਾ ਲੱਗਿਆ ਹੋਣਾ ਬਾਈ। ਸਬਸਕ੍ਰਾਈਬ ਲਾਜ਼ਮੀ ਕਰੋ ਆਪਣੇ ਚੈਨਲ ਨੂੰ, ਅਤੇ ਮਜ਼ੀਦ ਵਲੌਗ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਸਬਸਕ੍ਰਾਈਬ ਕਰੋ ਬਾਈ, ਜ਼ਰੂਰ ਮਾਰ। ਹੋ ਗਿਆ ਆ, ਖੈਰ ਜ਼ਿੰਦਾਬਾਦ ਹੋ ਗਿਆ ਬਾਈ, ਜ਼ਿੰਦਾਬਾਦ ਹੋ ਗਿਆ। ਸਲਾਮੀਆਂ, ਸਲਾਮੀਆਂ, ਓਕੇ ਬਾਈ, ਲਵ ਯੂ, ਅੱਲਾ ਹਾਫਿਜ਼।